ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਹਲਕਾ ਸਮਾਣਾ ਪਹੁੰਚੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ ਨੂੰ ਲੰਬੇ ਹੱਥੀ ਲਿਆ। ਕੈਪਟਨ ਨੇ ਕਿਹਾ, ਜਿਹੜੀ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ਨਹੀਂ ਕਰ ਸਕਦੀ, ਉਹ ਆਮ ਲੋਕਾਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਵੇਗੀ? 65 ਮੀਟਰ ਤਾਂ ਤੋਪਖਾਨੇ ਦਾ ਘੋੜਾ ਸਿੱਟਦੇ ਨੇ ਔਰ ਆਹ 10 ਕਿਲੋਮੀਟਰ 'ਤੇ ਪ੍ਰਾਈਮ ਮਿਨਿਸਟਰ ਹੈ ਔਰ ਤੁਹਾਡੀ ਉਹਨਾਂ ਦੀ ਕੋਈ ਸੁਰੱਖਿਆ ਨਹੀਂ। ਵਾਟ ਇਜ਼ ਦਿਸ ਨੌਨਸੈਂਸ? ਔਰ ਇਹ ਨਹੀਂ ਕਿ ਤੁਸੀਂ ਪੁਲਿਸ ਨੂੰ ਬਲੇਮ ਕਰੋ, ਪੁਲਿਸ ਦਾ ਕੰਮ ਨਹੀਂ ਹੈ ਇਹ ਕੰਮ ਕਰਨਾ, ਇਹ ਜ਼ਿੰਮੇਵਾਰ ਹੈ ਚੀਫ ਮਿਨਿਸਟਰ ਐਂਡ ਦ ਹੋਮ ਮਿਨਿਸਟਰ ਆਫ ਪੰਜਾਬ, ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਿਸੇ ਆਈ ਜੀ ਨੂੰ ਕੱਢ ਦਿਓ, ਕਿਸੇ ਡੀ ਜੀ ਨੂੰ ਕੱਢ ਦਿਆ, ਕਿਆ ਮਤਲਬ ਹੈ? ਇਹਨਾਂ ਨੂੰ ਕੱਢੋ ਦੋਨਾਂ ਨੂੰ ਜਿਨ੍ਹਾਂ ਨੇ ਇੱਥੇ ਅਣਗਹਿਲੀ ਕੀਤੀ ਹੈ। ਉਹ ਤਾਂ ਦਬਕਾ ਤਾਂ ਪਤਾ ਨਹੀਂ ਕਿਹਨੂੰ ਮਾਰੂਗਾ, ਉਹਦੀ ਤਾਂ ਵਾਈਫ ਹੀ ਉਹਨੂੰ ਬਾਣੀ ਦਬ ਕੇ ਮਾਰੀ ਜਾਂਦੀ ਹੈ। ਗੁੱਸਾ ਰਹਿੰਦਾ ਹੈ। 407 ਨਹੀਂ ਕਿਸਾਨ ਮਰੇ, 407 ਬੰਦੇ ਮਰੇ ਨੇ। ਥੋੜ੍ਹਾ ਖਿਆਲ ਕਰੋ, ਉਹਨਾਂ ਨੂੰ ਰੋਸ ਨਹੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾਂ ਉਹਨਾਂ ਜਥੇਬੰਦੀਆਂ ਵਿੱਚ? ਹੋ ਜਾਏਗਾ, ਠੀਕ ਹੋ ਜਾਏਗਾ। ਨਹੀਂ, ਸਾਡੇ ਨਾਲ ਕੁਛ ਸਾਡੇ ਹੈ ਭਾਰਤੀ ਜਨਤਾ ਪਾਰਟੀ, ਸਾਡਾ ਆਪਣਾ ਆਪਣੀ ਪਾਰਟੀ ਔਰ ਢੀਂਸਾ ਸਾਹਿਬ ਦੀ। ਉਹ ਤਾਂ ਆਹਿਸਤਾ ਆਹਿਸਤਾ ਹੁਣ ਅਸੀਂ ਸਭ ਕੁਛ ਇੱਕ ਦਿਨ 'ਚ ਕਰਦੇ ਹਾਂ। ਕੈਪਟਨ ਅਮਰਿੰਦਰ ਸੀਐਮ ਫੇਸ ਦੇ ਤੌਰ 'ਤੇ ਆਪਣੇ ਆਪ ਨੂੰ ਪੇਸ਼ ਕਰਦੇ ਨੇ? ਨੋ, ਦਿਸ ਇਜ਼ ਅ ਡਿਸੀਜਨ ਟੂ ਬੀ ਯੂਨਾਈਟਿਡਲੀ ਟੇਕਨ, ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ। ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਅੱਜ ਤੱਕ ਨਹੀਂ, ਕਾਫੀ ਦੇਰ ਹੋ ਗਈ FIR ਅਤੇ ਜਮਾਨਤ ਨਹੀਂ ਉਹਦੇ ਕੈਂਸਲ ਹੋ ਚੁੱਕੇ ਹਾਈ ਲੋਕਲ ਲੈਵਲ ਤੋਂ ਉੱਪਰ ਹਾਈਕੋਰਟ ਤੱਕ। ਇਹ ਕਾਨੂੰਨੀ ਅਵਸਥਾ ਹੈ, ਇਹ ਮੇਰਾ ਕੰਮ ਨਹੀਂ ਹੈ, ਇਹ ਗਵਰਨਮੈਂਟ ਡੀਲ ਕਰੇ, ਪੁਲਿਸ ਨਾਲ ਡੀਲ ਕਰੇ ਔਰ ਕਾਨੂੰਨੀ ਉਹਨਾਂ ਦੇ ਵਕੀਲ ਨੂੰ ਕੋਲ ਕਰਨ। ਸਰ, ਮਨਪ੍ਰੀਤ ਬਾਦਲ ਜੀ ਦਾ ਬਿਆਨ ਆਇਆ ਵੀ ਇਹ ਇੱਕ ਬਦਲੇ ਦੀ ਭਾਵਨਾ ਨਾਲ ਜਿਹੜੀ FIR ਹੋਇਆ, ਕੀ ਇਹ ਸਰਕਾਰ ਦੇ ਵਿੱਚ ਹੀ? ਤੁਸੀਂ, ਮੈਂ ਨਹੀਂ ਜਾਣਦਾ ਇਹਨਾਂ ਨੂੰ। ਮੈਨੂੰ ਪਤਾ ਹੈ ਇੱਕੋ ਗੱਲ ਕਿ ਇੱਕ STF ਲਾਈ ਸੀ ਮੈਂ, ਹਰਪ੍ਰੀਤ ਸਿੱਧੂ ਦੀ। ਹਰਪ੍ਰੀਤ ਸਿੱਧੂ ਦੀ STF ਦੀ ਰਿਪੋਰਟ ਇੱਕ ਬੰਦ ਲਿਫਾਫੇ ਦੇ ਵਿੱਚ ਹਾਈਕੋਰਟ ਦੇ ਵਿੱਚ ਰੱਖੀ ਗਈ, ਠੀਕ ਹੈ? ਦੂਸਰਾ, ਫਿਰ ਹਾਈਕੋਰਟ ਨੇ ਇੱਕ ਚਟੋਪਾਧਿਆ ਦੀ ਕਮੇਟੀ ਬਣਾਈ, ਉਹਨਾਂ ਨੇ ਵੀ ਬੰਦ ਲਿਫਾਫਿਆਂ 2 ਚਿੱਠੀਆਂ ਉੱਥੇ ਹਾਈਕੋਰਟ ਰੱਖੀਆਂ ਨੇ। ਹੁਣ ਉਹ ਹਾਲੇ ਖੁੱਲੀਆਂ ਨਹੀਂ, ਤੁਸੀਂ ਪਹਿਲਾਂ ਹੀ FIR ਕਰ ਦਿਓ। ਕਿਸ 'ਤੇ ਬੇਸ ਕੀਤਾ ਤੁਸੀਂ ਆਪਣਾ FIR? ਕਿਸੇ ਚੀਜ਼ 'ਤੇ ਤਾਂ ਬੇਸ ਕਰਨਾ ਪਊਗਾ। ਜਦ ਕਿਸੇ ਦੁਨੀਆ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਹੈ ਕੀ, ਤਾਂ ਕੌਣ ਕਰੂਗਾ FIR ਔਰ ਕਿਹੜੇ ਕਿਹੜੇ ਸੈਕਸ਼ਨ ਦੇ ਥੱਲੇ ਕਰੋਗੇ ਜੀ? ਇਹ ਮੇਰਾ ਹੈ, ਮੈਂ ਕਿਸੇ ਇਹ ਡਰੱਗ ਵਾਲਿਆਂ ਦੇ ਹੱਕ 'ਚ ਨਹੀਂ। 65,000 ਬੰਦੇ ਮੈਂ ਫੜੇ ਨੇ ਮੇਰੇ ਵੇਲੇ, ਜਦ ਪੀਕ 'ਤੇ ਸੀ 65,000 ਬੰਦੇ ਜੇਲ੍ਹ ਦੇ ਵਿੱਚ ਹੈ ਜੋ ਇਸ ਨਸ਼ਿਆਂ ਦੇ ਵਿੱਚ ਸੀਗੇ। ਜਿਸ ਦਿਨ ਮੈਂ ਛੱਡਿਆ 18 ਸਪਟੈਂਬਰ ਨੂੰ, ਉਹ 45,000 ਤੇ ਆ ਗਏ ਸੀ। ਕਿਉਂਕਿ ਉੱਥੇ ਹੀ ਦੂਜੇ ਪਾਸੇ ਹਲਕਾ ਸਮਾਣਾ ਤੋਂ ਲੋਕ ਪੰਜਾਬ ਕਾਂਗਰਸ ਦੇ ਸੇਵਾਦਾਰ ਸੰਦੀਪ ਸਿੰਗਲਾ ਨੇ ਕਿਹਾ ਕਿ ਇਸ ਵਾਰ ਲੋਕ ਕੈਪਟਨ ਦੀ ਸ਼ਖਸੀਅਤ ਨੂੰ ਹੀ ਵੋਟ ਪਾਉਣਗੇ। ਸਾਡਾ ਜਿਹੜਾ ਜੋ ਪ੍ਰੋਗਰਾਮ ਸੀ, ਸਾਡਾ ਇਹ ਪ੍ਰੋਗਰਾਮ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੱਥ ਮਜ਼ਬੂਤ ਕਰਨ ਲਈ ਸੀ। ਜੋ ਸਾਡੀ ਪੰਜਾਬ ਲੋਕ ਕਾਂਗਰਸ, ਜੋ ਅਸੀਂ BJP ਦੇ ਅਲਾਇੰਸ ਨਾਲ ਸਾਡੀ ਪਾਰਟੀ ਜੋ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ 'ਚ ਬਣੀ ਹੈ, ਅਸੀਂ ਹਰ ਹਲਕੇ 'ਚ, ਹਰ ਪੰਜਾਬ ਦੇ ਕੋਨੇ ਕੋਨੇ 'ਚ ਮਹਾਰਾਜ ਸਾਹਿਬ ਦਾ ਵਿਜ਼ਨ, ਕੈਪਟਨ ਅਮਰਿੰਦਰ ਸਿੰਘ ਜੀ ਦਾ ਵਿਜ਼ਨ, ਉਹਨਾਂ ਦੀ ਸੋਚ ਹਰ ਪਿੰਡ 'ਚ, ਹਰ ਨੁੱਕਰ 'ਚ, ਹਰ ਗਲੀ 'ਚ ਪਹੁੰਚਾਉਣ ਜਾ ਰਹੇ ਹਾਂ। ਸਾਡਾ ਇਹੀ ਇੱਕ ਮਕਸਦ ਹੈ ਕਿ ਘਰ ਘਰ, ਗਲੀ ਗਲੀ 'ਚ ਅਸੀਂ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦਾ ਵਿਜ਼ਨ ਅਤੇ ਉਹਨਾਂ ਦੀ ਸੋਚ ਪਹੁੰਚਾ ਰਹੀ। ਸੰਦੀਪ ਸਿੰਗਲਾ ਇਸ ਵਾਰ ਦਾਅਵੇਦਾਰ ਹੈਗੇ ਨੇ ਪੱਕਾ ਸਵਾਲਕਾ ਸਮਾਣਾ ਤੋਂ? ਦਾਅਵੇਦਾਰੀ ਤਾਂ ਸਾਡਾ ਹੱਕ ਹੈ ਠੋਕਣਾ, ਉਹ ਤਾਂ ਉੱਪਰ ਵਾਲੇ ਦੀ ਕਿਰਪਾ ਹੋਏਗੀ, ਮਹਾਰਾਜਾ ਅਮਰਿੰਦਰ ਸਿੰਘ ਦਾ ਪਾਰਟੀ ਦਾ ਹੁਕਮ ਹੋਏਗਾ। ਸਿੰਗਲਾ ਪਰਿਵਾਰ ਨੂੰ ਵੋਟ ਪਾਉਣਗੇ, ਕਿਉਂ ਪਾਉਣਗੇ ਲੋਕ? ਸਾਡੀ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਦਾ ਜੋ ਹੈ ਉਹਦੇ ਹਿਸਾਬ ਨਾਲ ਪੈਣੀ ਆ। ਕੈਪਟਨ ਅਮਰਿੰਦਰ ਸਿੰਘ ਜੀ ਦੀ ਜੋ ਸੋਚ ਹੈ ਉਸਨੂੰ ਜੋ ਹੈ ਵੋਟ ਪੈਣੀ ਹੈ। ਦੱਸ ਦਿਓ ਕਿ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪਟਿਆਲਾ ਤੋਂ ਹੀ ਚੋਣ ਲੜਨਗੇ। ਕਮਲ ਦੂਆ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।